हेलो गाइस, वेलकम बैक टू ए के ब्लॉग। गुड मॉर्निंग सारिआं नूं। सवेर हो चुकी है इत्थों दी। सो तुसीं भी सारे वधिया ठीक ठाक होवोगे, जिथे भी रहिंदे सारे वधिया खुशियां माणो। तो तुसीं वेखो जी, अज ऐ लगदा जिवें सच्ची कनेडा सुत्ता पिया। मॉर्निंग दा अपना डेली रूटीन है इदां ही, सवेरे उठ के शावर लै के गुरुद्वारे मत्था टेक के आपदे कम्मां करन निकल जाणा, ते अज वी सेम आपां इदां ही करन लगे आं। मैं कहा चलो तुहाडे नाल शेयर करदे आ इह चीज़ां वी सवेर तो लै के शाम तक दा एक्सपीरियंस किवें रहिंदा अपना। हाँ जी गाइज, आपां पहुँच चुके हैं गुरद्वारा साहब। तो आप गुरद्वारा साहब की बाहर की तुसीं लोकेशन वेख लो भी, एक तरह सारा बंद बख्तर, जिदा बस हुंदी आ, जिदा बंद बख्तर घर हुंदे आ, उदां दी आ इत्थों दी बिल्डिंग्स ने। तो तुसीं वेख रहे हो भी इत्थे फ्लैग झूलदे हुए खालसे दे, ते तुसी निशान साहब के भी दर्शन करो, वेख लो भी केड़ियां केड़ियां कंट्रियां दे विच निशान साहब झूल रहा। एक बस वाहिगुरु की कृपा ही है जी। ते जी गाइज, अपना रात हो चुकी है। मॉर्निंग आप उत्थे जाके शाम का भी विखाने, तुहानू मॉर्निंग का विखाया कि उत्थे संगतां सेवा कर रही सीगिया, हुण आप तुहानू रात का भी दिखाने उत्थों का व्यू। हाँ जी गाइज, आप पहुँच चुके हैं सिख संगत गुरद्वारा ब्रैम्पटन, जो कि बहुत ही मशहूर है तुहाडे सामने, तुसीं वेख लो जी। Yeah.
ਹਾਂਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਹਾਂਜੀ ਸੰਗਤੋ ਆਪਾਂ ਤੁਹਾਨੂੰ ਮੇਨ ਬਾਬਾ ਜੀ ਨਾਲ ਬੁਲਾਉਂਦੇ ਹਾਂ ਜਿਹੜੇ ਇੱਥੇ ਮੇਨ ਜਿਹੜੇ ਆਪਣੀ ਸੇਵਾ ਨਿਭਾ ਰਹੇ ਆ ਇੱਥੇ ਲੰਗਰ ਦੀ ਤਾਂ ਬਾਬਾ ਜੀ ਨੂੰ ਪੁੱਛਦੇ ਹਾਂ ਵੀ ਪਹਿਲਾਂ ਤਾਂ ਨਾਮ ਪੁੱਛਦੇ ਹਾਂ ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਅਜੀਤ ਸਿੰਘ ਜੀ ਲੰਗਰ ਬਾਰੇ ਜਾਣਕਾਰੀ ਦਿਓ ਵੀ ਆਪਣਾ ਅੱਜ ਕੀ ਕੀ ਲੰਗਰ ਦੇ ਵਿੱਚ ਆਪਾਂ ਸਬਜ਼ੀਆਂ ਦਾਲਾਂ ਕੇ ਕੀ ਬਣਾਇਆ ਬਾਬਾ ਜੀ ਬਾਬਾ ਜੀ ਇੱਕ ਦਾਲ ਬਣਦੀ ਹੈ ਇਹ ਡੇਲੀ ਹਾਂਜੀ ਇੱਕ ਕੜੀ ਚੌਲ ਬਣਦੇ ਆ ਜੀ ਠੀਕ ਹੈ ਬਾਬਾ ਜੀ ਖੀਰ ਬਣਦੀ ਹੈ ਜੀ ਠੀਕ ਹੈ ਦੁੱਧ ਵਾਲੀ ਸੇਵੀਆਂ ਬਣਦੀਆਂ ਜੀ ਠੀਕ ਆ ਹੋਰ ਚਣੇ ਪਨੀਰ ਮਟਰ ਪਨੀਰ ਹਾਂਜੀ ਦਹੀਂ ਚੌਲ ਹਾਂਜੀ ਚਾਹ ਪਕੌੜੇ ਹਾਂਜੀ ਸਭ ਚੱਲਦੇ ਆ ਪੂਰਾ ਦਿਨ ਹੀ ਤੇ ਵੇਖ ਲਓ ਬਾਬਾ ਜੀ ਆਪਾਂ ਸਹੀ ਗੱਲ ਕਰੀਏ ਜੀ ਸੰਗਤਾਂ ਜਿੰਨੀਆਂ ਵੇਖ ਰਹੀਆਂ ਸਵੇਰੇ ਬਾਬਾ ਜੀ 4:30 ਵਜੇ ਨੈੱਟ ਇੱਥੇ ਹੁੰਦੇ ਆ 4 ਵਜੇ ਇਸ਼ਨਾਨ ਕਰਕੇ ਆ ਜਾਣਗੇ ਤੇ ਰਾਤ ਨੂੰ 10:30-11 ਵਜੇ ਤੱਕ ਬਾਬਾ ਜੀ ਇਹ ਆਪਦੀ ਸੇਵਾ ਨਿਭਾਉਂਦੇ ਆ ਤੇ ਬੜੀ ਇੱਕ ਤਪੱਸਿਆ ਵਾਲੀ ਗੱਲ ਆ ਤੇ 3 ਵਜੇ ਉੱਠੀਦਾ 11 ਵਜੇ ਸੌਂਦਾ ਡੇਲੀ ਤੇ ਵੇਖ ਲਓ ਜੀ ਸਿਰਫ 4.5 ਘੰਟੇ ਬਾਬਾ ਜੀ ਦੇ ਕਰਮਾਂ ਦੇ ਵਿੱਚ ਨੀਂਦ ਮਹਾਰਾਜ ਨੇ ਬਖਸ਼ੀ ਆ ਤੇ ਮਹਾਰਾਜ ਲੰਬੀਆਂ ਉਮਰਾਂ ਕਰੇ ਮਹਾਰਾਜ ਤੇ ਜਿੰਨੀਆਂ ਵੀ ਮੈਂ ਕਹਿੰਦਾ ਸੰਗਤਾਂ ਇੱਥੇ ਆਉਂਦੀਆਂ ਤੇ ਬਾਬਾ ਜੀ ਹੱਥ ਦਾ ਲੋਕਾਂ ਦੇ ਜਿਹੜੇ ਪਿਆਰ ਦੇ ਨਾਲ ਸੇਵਾ ਦੇ ਨਾਲ ਜਿਹੜਾ ਇੱਥੇ ਲੰਗਰ ਬਣਦਾ ਜੀ ਮੈਂ ਕਹਿੰਦਾ ਵੀ ਉਹਨੂੰ ਹੀ ਮਹਾਰਾਜ ਨੇ ਭਾਗ ਲਾਇਆ ਜੀ ਤੇ ਹਾਂਜੀ ਹਾਂਜੀ ਤੇ ਚਲੋ ਬਹੁਤ ਵਧੀਆ ਲੱਗਦਾ ਜੀ ਇੱਥੇ ਸਿਰਫ ਇੱਕੋ ਇੱਕ ਗੁਰਦੁਆਰਾ ਹੈਗਾ ਬ੍ਰੈਂਪਟਨ ਦੇ ਵਿੱਚ ਜਿੱਥੇ ਆਪਾਂ ਵੇਖੀਏ ਵੀ ਇੰਨਾ ਰਸ਼ ਹੁੰਦਾ ਤੁਹਾਨੂੰ ਵਿਖਾਈਏ ਉੱਧਰ ਵੀ ਆਪਾਂ ਗੱਲ ਕਰੀਏ ਤੁਹਾਨੂੰ ਆਪਾਂ ਵਿਖਾਉਂਦੇ ਵੀ ਲਾਈਨ ਬਹੁਤ ਲੰਮੀ ਲਾਈਨ ਲੱਗੀ ਹੋਈ ਆ ਲੰਗਰ ਦੀ ਜਿਹੜੇ ਲੰਗਰ ਛਕਣ ਵਾਸਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਤੇ ਤੁਸੀਂ ਵੇਖ ਰਹੇ ਹੋ ਵੀ ਪਿਛਲੇ ਘੱਟੋ ਘੱਟ ਵੀ 3-4 ਘੰਟਿਆਂ ਤੋਂ ਇੱਦਾਂ ਹੀ ਲਾਈਨ ਆ ਤੇ ਲਾਈਨ ਟੁੱਟ ਨਹੀਂ ਰਹੀ ਹਾਂਜੀ ਦੋਸਤੋ ਤੁਹਾਨੂੰ ਜਿੰਨੀਆਂ ਵੀ ਮੇਰੀਆਂ ਸੰਗਤਾਂ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਵੇਖ ਰਹੇ ਨੇ ਵੀਡੀਓ ਨੂੰ ਤੇ ਸਾਰਿਆਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਵੀ ਇੱਕੋ ਇੱਕ ਗੁਰਦੁਆਰਾ ਨੇੜੇ ਤੇੜੇ ਸਿੱਖ ਸੰਗਤ ਗੁਰਦੁਆਰਾ ਜਿੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੇ ਲੰਗਰ ਬੰਦ ਹੀ ਨਹੀਂ ਹੋਇਆ ਤੇ ਤੁਸੀਂ ਵੇਖ ਰਹੇ ਵੀ ਸਟੂਡੈਂਟ ਆ ਕੋਈ ਪਰਿਵਾਰ ਆ ਕੋਈ ਜਿੰਨੇ ਵੀ ਆਪਣੇ ਫੈਮਲੀਆਂ ਨੇ ਜਿੰਨੇ ਵੀ ਆਪਣੇ ਇੱਥੇ ਦੂਰੋਂ ਦੂਰੋਂ ਘੁੰਮਣ ਮੱਥਾ ਟੇਕਣ ਆਉਂਦੇ ਨੇ ਸਾਰੇ ਲੰਗਰ ਛੱਕ ਕੇ ਜਾਂਦੇ ਨੇ ਰੂਪ ਤੇਰਾ ਤੇਰੇ ਬਾਬਤ ਸੋਹੇ ਸਰਦਾਰ
Oh,